ਆਪਾਂ ਅੱਜ ਲੋਹੜੀ ਮਨਾ ਰਹੇ ਹਾਂ। ਇਹ ਆਪਣਾ ਪੰਜਾਬ ਦਾ ਬਹੁਤ ਵੱਡਾ ਇੱਕ ਤਿਉਹਾਰ ਹੈ ਔਰ ਬੜੀ ਖੁਸ਼ੀਆਂ ਨਾਲ ਹਰ ਪਰਿਵਾਰ ਇਸ ਗੱਲ ਨੂੰ ਮਨਾਉਂਦਾ ਅਤੇ ਅੱਜ ਵੀ ਮੈਂ ਤੁਹਾਨੂੰ ਇਸ ਮੌਕੇ 'ਤੇ ਬਹੁਤ ਵਧਾਈ ਦਿੰਦਾ। ਨਾਲੇ ਮੈਂ ਆਸ ਕਰਦਾ ਕਿ ਤੁਸੀਂ ਤੁਹਾਡੇ ਪਰਿਵਾਰ ਸੁਖੀ ਰਹਿਣ, ਖੁਸ਼ ਰਹਿਣ ਔਰ ਤੁਸੀਂ ਸਾਰੇ ਪੰਜਾਬ ਦੇ ਵਿੱਚ ਸਭ ਨੂੰ ਲੋਹੜੀ ਦੀ ਲੱਖ ਲੱਖ ਵਧਾਈ ਹੋਏ ਔਰ ਮਾਘੀ ਦੀ ਵੀ। ਅੱਜ ਜਿਹੜੀ ਲੋਹੜੀ ਅਸੀਂ ਮਨਾ ਰਹੇ ਹਾਂ ਇਹਨੂੰ ਇੱਕ ਦੀਆਂ ਦੀ ਲੋਹੜੀ ਦੇ ਤੌਰ ਦੇ ਉੱਤੇ ਮਨਾਈਏ, ਕਿਉਂਕਿ ਖੁਸ਼ੀ ਹੈ ਮੈਨੂੰ ਦੱਸਣ ਦੇ ਵਿੱਚ ਕਿ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਪਿਛਲੇ ਮਹੀਨਿਆਂ ਦੇ ਵਿੱਚ ਜਿਹੜੇ ਬੱਚੇ ਪੈਦਾ ਹੋਏ ਨੇ ਉਹ ਜ਼ਿਆਦਾ ਲੜਕੀਆਂ ਹੋਈਆਂ ਨੇ, ਧੀਆਂ ਹੋਈਆਂ ਨੇ ਸਾਡੀਆਂ, ਔਰ ਇਸ ਦੇ ਲਈ ਮੈਨੂੰ ਬਹੁਤ ਖੁਸ਼ੀ ਹੈ। ਲੋਹੜੀ ਦੇ ਨਾਲ ਨਾਲ ਜਿਹੜਾ ਮਾਘੀ ਦਾ ਤਿਉਹਾਰ ਹੈ ਇਹ ਅਸੀਂ ਜੋ 40 ਮੁਖਤੇ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਲਈ ਮੁਗਲਾਂ ਦੇ ਖਿਲਾਫ਼, ਉਹਨਾਂ ਦੀ ਯਾਦ ਦੇ ਵਿੱਚ ਮੈਂ ਆਪਣਾ ਸਿਰ ਝੁਕਾਉਂਦੀ ਹਾਂ, ਨਮਨ ਕਰਦੀ ਹਾਂ ਔਰ ਮੈਂ ਆਸ ਰੱਖਦੀ ਹਾਂ ਕਿ ਇਹ ਲੋਹੜੀ ਅਸੀਂ ਵਧੀਆ ਤਰੀਕੇ ਨਾਲ ਮਨਾਈਏ। ਇੱਕ ਵਾਰੀ ਫਿਰ ਸਭ ਨੂੰ ਲੋਹੜੀ, ਮਾਘੀ ਔਰ ਮਕਰ ਸੰਕ੍ਰਾਂਤੀ ਦੀ ਲੱਖ ਲੱਖ ਵਧਾਈ ਹੋਵੇ।